ਮੈਂ ਉਹਦੀ ਜਗ੍ਹਾ ਹੁੰਦੀ ਮੇਰੇ ਫੋਨ ਤਾਂ ਚੁੱਕ ਲੈ ਵੀਰਾ ਫੋਨ ਹੀ ਨਹੀਂ ਚੱਕਦਾ ਮੈਂ ਤੇ ਬਸ ਐ ਹੀ ਪੁੱਛਣਾ ਸੀ ਵੀ ਰੱਖੜੀ ਪਹੁੰਚੀ ਕਿ ਨਹੀਂ ਆ ਇੱਕ ਤਾਂ ਸਲੋਨੀ ਬਾਰ ਬਾਰ ਫੋਨ ਕਰੀ ਇਹਨੂੰ ਨਹੀਂ ਪਤਾ ਵੀ ਬਾਹਰ ਇਹਦੇ ਮੁਲਕਾਂ 'ਚ ਕਿੰਨੇ ਬਿਜ਼ੀ ਆ ਸੀ ਬਾਅਦ 'ਚ ਕਰਾਂ ਮੈਂ ਭਾਬੀ ਨੂੰ ਫੋਨ ਕਰਕੇ ਪੁੱਛਦੀ ਹਾਂ ਹੈਲੋ ਹਾਂਜੀ ਭਾਬੀ ਹਾਂਜੀ ਨਮਸਤੇ ਭਾਬੀ ਮੈਂ ਬਸ ਇਹੀ ਪੁੱਛਣਾ ਸੀਗਾ ਵੀ ਉਹ ਰੱਖੜੀ ਪਾਈ ਸੀ ਨਾ ਪਹੁੰਚ ਗਈ ਅੱਛਾ ਫਿਰ ਠੀਕ ਹੈ ਮੈਂ ਵੀਰੇ ਨੂੰ ਵੀ ਫੋਨ ਕੀਤਾ ਸੀ ਮੈਨੂੰ ਲੱਗਦਾ ਉਹ ਬਿਜ਼ੀ ਹੋਣਾ ਕੋਈ ਗੱਲ ਨਹੀਂ 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 ਬਸ ਮੈਂ ਇੰਨਾ ਹੀ ਪੁੱਛਣਾ ਸੀਗਾ ਹਾਂਜੀ ਥੈਂਕ ਯੂ ਲੈ ਇੰਡੀਆ ਵਾਲਿਆਂ ਨੂੰ ਪੈਸੇ ਚਾਹੀਦੇ ਨੇ ਆ ਚੱਕ ਤੇਰੀ ਹੋ ਗਈ ਟ੍ਰਾਂਸਫਰ ਬੈਸਟ ਇੰਜੀਨੀਅਰ ਹੁਣ ਕੁੜੀਏ ਤੇਰੀ ਰੱਖੜੀ ਮੈਨੂੰ ਮਿਲ ਗਈ ਤੇ ਤੇਰੇ ਹੋ ਗਏ ਪੈਸੇ ਹੁਣ ਮੈਨੂੰ ਫੋਨ ਨਾ ਕਰੀ ਬਾਰ ਬਾਰ ਅਮਨ ਹਾਂ ਤੁਸੀਂ ਸਲੋਨੀ ਨੂੰ ਫੋਨ ਕਾਤੇ ਨਹੀਂ ਕਰਦੇ ਉਹ ਮੈਨੂੰ ਫੋਨ ਕਰੀ ਜਾਂਦੀ ਹੈ ਕਿ ਤੁਸੀਂ ਫੋਨ ਨਹੀਂ ਚੱਕਦੇ ਉਹਦਾ ਬਸ 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 ਉਹਨੂੰ ਕਹਿ ਦੇ ਉਹਦੀ ਰੱਖੜੀ ਮਿਲ ਗਈ ਮੈਂ ਪੈਸੇ ਪਾਤੇ ਮੇਰੇ ਕੋਲ ਟਾਈਮ ਨਹੀਂ ਫੋਨ ਚੱਕਣ ਦਾ ਜਾ ਕੇ ਉਹਨੂੰ ਆਪੇ ਕਰ ਦੇ ਫੋਨ ਮੇਰੇ ਬੰਦਿਆਂ ਨੇ ਆਉਣਾ ਮੇਰੇ ਕੋਲ ਪਲੀਜ਼ ਗੋ ਦਿਮਾਗ ਖਰਾਬ ਕਰ ਰੱਖਿਆ ਯਾਰ ਬਹਾਨੇ ਹੀ ਲੱਭਦੇ ਰਹਿੰਦੇ ਨੇ ਪੈਸੇ ਕਦੇ ਆ ਤਿਉਹਾਰ ਆ ਗਿਆ ਤਿਉਹਾਰ ਆ ਗਿਆ ਤਿਉਹਾਰ ਆ ਗਿਆ ਪੈਸੇ ਭੇਜ ਦਿਓ ਇਹਨਾਂ ਅਮਨ ਹਾਂਜੀ ਮੈਂ ਤੇਰੇ ਨਾਲ ਗੱਲ ਕਰਨੀ ਸੀਗੀ ਹਾਂਜੀ ਮੈਂ ਕਿਹਾ ਆਪਾਂ 2 ਸਾਲ ਹੋ ਗਏ ਆਪਾਂ ਕਿਤੇ ਘੁੰਮਣ ਵੀ ਨਹੀਂ ਗਏ ਇਹ ਬਿਮਾਰੀ ਦੇ ਚੱਕਰ 'ਚ ਹੁਣ ਆਪਾਂ ਕਿਤੇ ਘੁੰਮੇ ਆਈਏ ਮੇਰਾ ਜੀ ਕਰਦਾ ਸੀ ਆਪਾਂ ਬੱਚਿਆਂ ਨੂੰ ਇੰਡੀਆ ਲੈ ਕੇ ਚੱਲੀਏ ਇੰਡੀਆ ਲੈ ਕੇ ਚੱਲੀਏ ਘੁੰਮਣ ਹਾਂਜੀ ਹਾਂ ਜਾ ਸਕਦੇ ਹਾਂ ਪਰ ਤੇਰੀ ਘੁੰਮਣ ਤੋਂ ਮੈਨੂੰ ਯਾਦ ਆ ਮੈਂ ਹੈਰੀ ਨਾਲ ਇੱਕ ਘੁੰਮਣ ਦਾ ਪਲਾਨ ਬਣਾਉਣਾ ਸੀ ਅੱਜ ਮੈਂ ਮੋਟਰਸਾਈਕਲ ਰਾਈਡ ਦਾ ਤੇ ਚਲੋ ਓਕੇ ਕੋਈ ਗੱਲ ਨਹੀਂ ਤੂੰ ਡੀਟੇਲ ਚੈੱਕ ਕਰ ਮੈਨੂੰ ਦੱਸ ਕਿੰਨਾ ਖਾਤਾ ਉਹਨਾਂ ਮੈਂ ਦੇਦਾ ਫਿਰ ਓਕੇ ਓਕੇ ਹੈਰੀ ਨੂੰ ਫੋਨ ਲਾਈ ਗਿਆ ਹਾਂ ਵੀ ਹੈਰੀ ਕਿੱਦਾਂ ਉਹ ਯਾਰ ਮੈਂ ਤੈਨੂੰ ਪਰਸੋਂ ਵੀ ਮੈਸੇਜ ਕੀਤਾ ਸੀਗਾ ਵੀ ਆਪਾਂ ਅੱਜ ਰਾਈਡ ਤੇ ਜਾਣਾ ਮੋਟਰਸਾਈਕਲ ਰਾਈਡ ਤੇ ਘੁੰਮੇ ਆਈਏ ਮਾੜੇ ਪਹਾੜਾਂ ਵੱਲ ਨੂੰ ਅੱਜ ਰੱਖੜੀ ਆ ਅੱਛਾ ਤੇਰੀ ਸਿਸਟਰ ਆਈ ਇੰਡੀਆ ਤੋਂ ਅੱਛਾ 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 ਚਲੋ ਓਕੇ ਨਹੀਂ ਨਹੀਂ ਮੈਨੂੰ ਪਤਾ ਸੀ ਉਹ ਦਿਮਾਗ 'ਚੋਂ ਨਿਕਲ ਗਿਆ ਹਾਂ ਚਲ ਓਕੇ ਜੈਸਮਿਨ ਜੈਸਮਿਨ ਹਾਂਜੀ ਹਾਂਜੀ ਹਾਂ ਮਾਜ ਰੱਖਣੀ ਆ ਸ਼ਾਇਦ ਇਹ ਨਾਲ ਜੀ ਵਾਲੀ ਗੱਲਾਂ ਤੇ ਕਰਦੀ ਸੀ ਫਿਰ ਸਲੋਨੀ ਦੀ ਰੱਖਣੀ ਵੀ ਆਈ ਹਾਂ ਲੈ ਸੱਚ ਮੈਂ ਤਾਂ ਹੈਰੀ ਨੂੰ ਫੋਨ ਕੀਤਾ ਘੁੰਮਣ ਨੂੰ ਜਾਣ ਨੂੰ ਉਹ ਕਹਿੰਦਾ ਮੈਂ ਜਾ ਨਹੀਂ ਸਕਦਾ ਵੀ ਉਹਦੀ ਭੈਣ ਆਈ ਹੈ ਇੰਡੀਆ ਤੋਂ ਰੱਖੜੀ ਲੈ ਕੇ ਸਲੋਨੀ ਹਰੇਕ ਸਾਲ ਰੱਖੜੀ ਪਾਉਂਦੀ ਆ ਇਸ ਵਾਰੀ ਆਈ ਨਹੀਂ ਰੱਖੜੀ ਉਹਦੀ ਹਾਂ ਸੱਚ ਕੋਈ ਚਿੱਠੀ ਵੀ ਨਹੀਂ ਆਈ ਕੋਈ ਫੋਨ ਵੀ ਨਹੀਂ ਆਇਆ ਫੋਨ ਤੇ ਉਹਦੇ ਬਥੇਰੇ ਆ ਜਾਂਦੇ ਨੇ ਸਭ ਸੁੱਖਾ ਪਤਾ ਨਹੀਂ ਮੈਂ ਕਰਕੇ ਦਿੱਤਾ ਫੋਨ ਨੂੰ ਹਾਂਜੀ ਫੋਨ ਕੱਟਤਾ ਨਹੀਂ ਫੋਨ ਕੱਟਤਾ ਹੈ ਮੈਨੂੰ ਤਾਂ ਘਬਰਾਹਟ ਹੋਈ ਜਾਂਦੀ ਆ ਉਹ ਤੇ ਕਦੇ ਫੋਨ ਨਹੀਂ ਕੱਟਦੀ ਫੇਰ ਫੋਨ ਕਰ ਤੂੰ ਤੂੰ ਆਪਣੇ ਫੋਨ ਤੇ ਲਾ ਸ਼ਾਇਦ ਤੇਰੇ ਫੋਨ ਤੇ ਦੇਖੀ ਚੱਕੇ ਮੈਨੂੰ ਤਾਂ ਘਬਰਾਹਟ ਹੋਈ ਜਾਂਦੀ ਆ ਤੂੰ ਫੋਨ ਲਾ ਫੋਨ ਮੰਮੀ ਡੈਡੀ ਵੀ ਨਹੀਂ ਰਹੇ ਫੋਨ ਲਾ ਠੀਕ ਆ ਤੂੰ ਫੋਨ ਲਾ ਅੱਛਾ ਜਲਦੀ ਕਰ ਨਹੀਂ ਮੈਂ ਤਾਂ ਆਪ ਘਬਰਾਹਟ ਹੋਈ ਜਾਂਦੀ ਆ ਜਲਦੀ ਕਰ ਜਲਦੀ ਬੱਜਦਾ ਬੱਜਦਾ ਹਾਂ ਹੈਲੋ ਹਾਂ ਸਲੋਨੀ ਇੱਕ ਮਿੰਟ ਹੈਲੋ ਸਲੋਨੀ ਹਾਂ ਵੀਰਾ ਬੋਲਦਾ ਤੂੰ ਮੇਰਾ ਫੋਨ ਨਹੀਂ ਚੱਕਦੀ ਨਹੀਂ ਵੈਸੇ ਹੀ ਕੋਈ ਕੰਮ ਸੀ ਵੀਰੇ ਨਹੀਂ ਕੰਮ ਕੀ ਸੀਗਾ ਮੈਂ ਤੈਨੂੰ ਪੁੱਛਣਾ ਸੀ ਵੀ ਰੱਖੜੀ ਅੱਜ ਤੂੰ ਰੱਖੜੀ ਨਹੀਂ ਪਹੁੰਚੀ ਤੇਰੀ ਰੱਖੜੀ ਤਾਂ ਹੈ ਵੀਰੇ ਤੇ ਪਰ ਪਹੁੰਚਦੀ ਤਾਂ ਜੇ ਮੈਂ ਪਾਈ ਹੁੰਦੀ ਤੂੰ ਤੂੰ ਰੱਖੜੀ ਨਹੀਂ ਪਾਈ ਅੱਗੇ ਜਿੰਨੀ ਵਾਰੀ ਪਾਈ ਵੀਰੇ ਤੇਰੇ ਪੈਸੇ ਮੈਨੂੰ ਪਹੁੰਚ ਗਏ ਸੀਗੇ ਬਹੁਤ ਬਹੁਤ ਧੰਨਵਾਦ ਪਰ ਮੈਂ ਇਸ ਵਾਰ ਨਹੀਂ ਪਾਈ ਰੱਖੜੀ ਨਹੀਂ ਤੂੰ 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 ਰੱਖੜੀ ਕਾਹਤੋਂ ਨਹੀਂ ਪਾਈ ਮੈਂ ਤਾਂ ਹੈਰੀ ਨੂੰ ਫੋਨ ਕੀਤਾ ਉਹਦੀ ਭੈਣ ਇੱਥੇ ਆਈ ਹੋਈ ਆ ਮੈਨੂੰ ਤਾਂ ਮੈਂ ਤੇਰੀ ਮੈਂ ਤੈਨੂੰ ਪੈਸੇ ਤੈਨੂੰ ਭੇਜ ਦਿੰਦਾ ਤੂੰ ਰੱਖੜੀ ਕਾਹਤੋਂ ਨਹੀਂ ਪਾਈ ਅੱਛਾ ਹੈਰੀ ਨੇ ਤੈਨੂੰ ਚੇਤਾ ਕਰਾਇਆ ਵੀ ਅੱਜ ਰੱਖੜੀ ਆ ਹਨਾ ਵੀਰੇ ਰੱਖੜੀ ਦਾ ਮਤਲਬ ਪਤਾ ਕੀ ਹੁੰਦਾ ਵੀ ਭੈਣ ਦੀ ਰੱਖਿਆ ਕਰਨਾ ਉਹਨੂੰ ਜਿੱਥੇ ਤੁਹਾਡੀ ਲੋੜ ਹੋਏ ਨਾ ਉੱਥੇ ਆ ਕੇ ਖੜਨਾ ਤੂੰ ਮੇਰੀ ਰੱਖਿਆ ਕੀ ਕਰਨੀ ਮੇਰੇ ਲਈ ਕੀ ਖੜਨਾ ਜਿਹੜੇ ਮਾਂ ਪਿਓ ਤੈਨੂੰ ਤਰਸਦੇ ਮਰ ਗਏ ਮਾਂ ਨੇ ਤੈਨੂੰ ਆਪਣੀ ਵੰਗਾਂ ਗਹਿਣੇ ਪਾ ਕੇ ਨਾ ਬਾਹਰ ਭੇਜਿਆ ਸੀ ਤੇ ਪਾਪਾ ਨੇ ਤੈਨੂੰ ਆਪਣੀ ਜ਼ਮੀਨ ਗਹਿਣੇ ਪਾ ਕੇ ਤੂੰ ਬਾਹਰ ਤੇ ਚੱਲ ਗਿਆ ਪਰ ਸਾਡੇ ਦਿਲਾਂ ਤੋਂ ਵੀ ਬਾਹਰ ਚੱਲ ਗਿਆ ਵੀਰੇ ਉਹ ਬਸ ਤੇਰੇ ਫੋਨ ਨੂੰ ਡੀਕਦੇ ਰਹੇ ਤੇ ਜਦੋਂ ਮੈਂ ਤੈਨੂੰ ਫੋਨ ਲਾਉਂਦੀ ਰਹੀ ਵੀ
वो तो सानू छड़ के ही चल गए। उदो मैनू तेरी बहुत लोड़ सी, उदो भी मैं उन्होंने आप ही फूकिया एक कुड़ी होके। पर तू फिक्र ना कर वीरे, तेनू मेरी रक्षा करन दी कोई लोड़ नहीं, इत्थे मैं बहुत वधिया ठीक हाँ। मैं जिद्दां भी हाँ अज तेरे सिर तो ना आ रखड़ी वाला भार भी मैं हटा ही दिनी हाँ। नाले एक गल कहां, आ तेरी भैन तेरे लिए उदों ही मर गई सी जो तेरे माँ प्यो मर गए सी। अमन बाहर दे मुल्क च आ गए ते आके अपने घर दे अपनी जड़ां दे रिश्ते सारे भुल गए सी। सच क्या जरूरी ने अमन अपने मां प्यो भी नहीं फूके। वो सही कहंदी है, की फायदा जो लोड़ सी गाड़ी तां तुसी उन्हां नूं पुछिया नहीं, उन्हूं पुछिया नहीं। ਇਹ ਦੁੱਖ ਸੁੱਖ ਵੇਲੇ ਹੀ ਤੇ ਭੈਣ ਭਰਾ ਇੱਕ ਦੂਜੇ ਦੇ ਕੰਮ ਆਉਂਦੇ ਆ। ਲੱਗਾ ਸਲੋਨੀ ਮੈਨੂੰ ਮਾਫ ਕਰ ਦੂਗੀ, ਜੇ ਮੈਂ ਉਹਦੀ ਜਗ੍ਹਾ ਹੁੰਦੀ ਮੈਂ ਕਦੇ ਨਾ ਮਾਫ ਕਰ ਪਾਉਂਦੀ।